ਖਜੂਰਾਂ ਦੁਬਈ ਤੋਂ ਲਿਆ ਕੇ ਲਾਤੀਆਂ ਸੀ। ਇਹ ਦਰਖਤ ਹੁੰਦੇ ਹੀ ਨਹੀਂ ਪੰਜਾਬ 'ਚ, ਕਿੱਥੋਂ ਆ ਗਿਆ? ਕਹਿੰਦੇ ਜੀ ਇਹ ਪੰਜਾਬ ਦਾ ਬਹੁਤ ਵੱਡਾ ਸੰਮੇਲਨ ਹੋ ਰਿਹਾ। ਬਾਅਦ 'ਚ ਮੈਂ ਕਿਤੇ ਉੱਧਰ ਨੂੰ ਜਾਵਾਂ ਬਠਿੰਡੇ ਕੰਨੂੰ, ਖਜੂਰਾਂ ਸਾਰੀਆਂ ਬਾਦਲ ਪਿੰਡ 'ਚ ਲੱਗੀਆਂ ਹੋਈਆਂ ਹੁਣ। ਖਜੂਰਾਂ ਵੀ ਨਹੀਂ ਛੱਡੀਆਂ, ਹੋਰ ਤਾਂ ਕੀ ਛੱਡਣਾ। ਰਾਜਾ ਵਪਾਰੀ, ਉਸ ਦੇਸ਼ ਕੀ ਜਨਤਾ ਭਿਖਾਰੀ। ਇਹ ਕਹਿੰਦੀ ਹੈ ਰੋਕੋ, ਚਲੋ ਡੀ ਟੀ ਓ ਖੜਾਓ ਤੇ ਲਓ। ਜੋ ਕਿਹਦਾ ਢਾਬਾ ਦੇਖਿਆ ਚੱਲਦਾ ਹੈ, ਕਿਹਦਾ ਦੇ ਦੇ, ਉਹ ਕਹਿੰਦਾ ਮੈਨੂੰ ਦਿੰਦਾ, ਉੱਪਰ ਦੀ ਓਵਰ ਬ੍ਰਿਜ ਕੱਢ ਦਿਓ। ਮੇਰਾ ਰੰਗਲਾ ਪੰਜਾਬ, ਰੰਗਲਾ ਏ ਪੰਜਾਬ ਦਾ ਵਿਰਸਾ ਇੱਕ ਵਾਰ ਤੇ ਆ ਕੇ ਵੇਖੋ ਜ਼ਰਾ। ਪਹਿਲਾਂ ਕਦੇ ਸਕੂਲਾਂ ਦੀ ਗੱਲ ਕਰਦੀ ਸੀ ਕੋਈ ਕੰਪਨੀ, ਕੋਈ ਪਾਰਟੀ? ਪਹਿਲਾਂ ਕਦੇ ਐਜੂਕੇਸ਼ਨ ਦੀ, ਹੈਲਥ ਦੀ, ਮੁਹੱਲਾ ਕਿੰਨੀਆਂ ਗੱਲ ਕਰਦੇ ਸੀ ਕੋਈ? ਪਹਿਲਾਂ ਕਦੇ ਬਿਜਲੀ ਦੀ ਗੱਲ ਕਰਦਾ ਸੀ ਕੋਈ? ਪਹਿਲਾਂ ਤੁਹਾਡੇ ਨਾਲ ਐਂ ਬਿਜ਼ਨਸ ਮੀਟ ਕਰਦਾ ਸੀ ਕੋਈ? ਹਾਂ, ਇੱਕ ਕਰ ਲੈਂਦੇ ਸੀ ਵੱਡਾ ਸਾਰਾ, ਉੱਥੇ ਬੁਲਾ ਲੈਂਦੇ ਸੀ। ਉਹ ਦੁਬਈ ਤੋਂ ਲਿਆ ਕੇ ਲਾਤੀਆਂ ਖਜੂਰਾਂ, ਤੁਸੀਂ ਵੀ ਗਏ ਹੋਵੋਗੇ ਉਦੋਂ, ਖਜੂਰਾਂ ਦੁਬਈ ਤੋਂ ਲਿਆ ਕੇ ਲਾਤੀਆਂ ਸੀ। ਇਹ ਦਰਖਤ ਹੁੰਦੇ ਹੀ ਨਹੀਂ ਪੰਜਾਬ 'ਚ, ਕਿੱਥੋਂ ਆ ਗਿਆ? ਕਹਿੰਦੇ ਜੀ ਇਹ ਪੰਜਾਬ ਦਾ ਬਹੁਤ ਵੱਡਾ ਸੰਮੇਲਨ ਹੋ ਰਿਹਾ। ਬਾਅਦ 'ਚ ਮੈਂ ਕਿਤੇ ਉੱਧਰ ਨੂੰ ਜਾਵਾਂ ਬਠਿੰਡੇ ਕੰਨੂੰ, ਖਜੂਰਾਂ ਸਾਰੀਆਂ ਬਾਦਲ ਪਿੰਡ 'ਚ ਲੱਗੀਆਂ ਹੋਈਆਂ ਹੁਣ। ਮੈਂ ਕਿਹਾ ਇੱਥੇ ਕਿੱਥੇ ਹੋ ਗਈਆਂ ਖਜੂਰਾਂ ਬਾਈ? ਉਹ ਕਹਿੰਦੇ ਉਹੀ ਨੇ ਹਿਮਾਲੀ ਵਾਲੀਆਂ, ਉਹ ਤੋਰੀ ਮੈਂ ਖਜੂਰਾਂ ਵੀ ਨਹੀਂ ਛੱਡੀਆਂ, ਹੋਰ ਤਾਂ ਕੀ ਛੱਡਣਾ। ਉਹਨਾਂ ਨਾਲ ਉਹਨੂੰ ਆਪ ਜਿਹੜੇ ਜਦੋਂ ਆਪ ਜਿਹੜਾ ਲੀਡਰ ਹੈ ਨਾ, ਜਿਸ ਦੇਸ਼ ਕਾ ਰਾਜਾ ਵਪਾਰੀ, ਉਸ ਦੇਸ਼ ਕੀ ਜਨਤਾ ਭਿਖਾਰੀ। ਜਦੋਂ ਰਾਜਾ ਆਪ ਰਾਜ ਕਰਨ ਲੱਗ ਜੇ ਨਾ ਕਿ ਮੈਂ ਵਪਾਰ ਕਰਨਾ, ਉਸ ਕਿਸੇ ਦਾ ਵਪਾਰ ਕਿਵੇਂ ਚੱਲਣ ਦੇ ਦੂਗਾ ਜੀ? ਜੋ ਕਿਸੇ ਦੀ ਬੱਸ ਦੇਖੀ ਹੈ ਭਰੀ ਜਾਂਦੀ ਹੈ, ਕਹਿੰਦੀ ਹੈ ਰੋਕੋ, ਚਲੋ ਡੀ ਟੀ ਓ ਖੜਾਓ ਤੇ ਲਓ। ਜੋ ਕਿਸੇ ਢਾਬਾ ਦੇਖਿਆ ਚੱਲਦਾ, ਕਹਿੰਦਾ ਦੇ ਦੇ, ਉਹ ਕਹਿੰਦਾ ਮੈਨੂੰ ਦਿੰਦਾ, ਉੱਪਰ ਦੀ ਓਵਰ ਬ੍ਰਿਜ ਕੱਢ ਦਿਓ। ਜੋ ਰੇਤੇ ਦੀ ਖੱਡ, ਜੋ ਕੋਈ, ਜੋ ਜਿੱਥੇ ਜਿੱਥੇ ਲੋਕ ਕਹਿੰਦਾ ਪੈਸੇ ਕਮਾਉਂਦੇ ਨੇ, ਐਂ ਕਿਵੇਂ ਕਮਾਉਣ ਲੱਗੇ ਪੈਸੇ ਸਾਨੂੰ ਪੁੱਛੇ ਬਿਨਾਂ? ਇਹ ਲਿਆਓ, ਇਹਨਾਂ ਨੂੰ ਬੁਲਾਓ। ਲੈ ਦੱਸੋ, ਡਰਨ ਲਾਤੇ ਸਕਸੈਸ ਤੋਂ, ਸਫਲਤਾ ਤੋਂ ਡਰਨ ਲਾ। 2017 ਦੀ ਗੱਲ ਹੈ, ਮੈਂ ਇੱਕ ਢਾਬੇ 'ਤੇ ਰੋਟੀ ਖਾਣ ਲੱਗ ਗਿਆ ਮਰਿੰਡੇ ਕੋਲ, ਬੜਾ ਵਧੀਆ ਢਾਬਾ ਬਣਾਇਆ ਹੋਇਆ ਸੀ ਉਹਨੇ, ਪੁਰਾਣੇ ਮੰਜੇ ਲਾ ਕੇ ਉੱਤੇ ਸਪੀਕਰ ਲਾ ਕੇ। ਮੈਂ ਕਿਹਾ ਆ ਗਿਆ, ਮਾਲਕ ਵੀ ਆ ਗਿਆ ਮੈਨੂੰ ਦੇਖ ਕੇ ਫੋਟੋ ਖਿਚਾਉਣ, ਪਰਿਵਾਰ ਵੀ ਢਾਬੇ ਦੇ ਮਗਰ ਹੀ ਰਹਿੰਦੇ ਸੀ ਪਿੱਛੇ। ਮੈਂ ਕਿਹਾ ਜੀ ਵਧੀਆ ਚੱਲਦਾ, ਬਹੁਤ ਵਧੀਆ ਬਣਾਇਆ ਵੈਸੇ ਤਾਂ, ਕਾਰੋਬਾਰ ਵਧੀਆ ਚੱਲਦਾ। ਉਹ ਮੈਨੂੰ ਪਰਾਂ ਲਿਜਾ ਕੇ ਕਹਿੰਦਾ ਜੀ ਖਾਦਾ ਵਧੀਆ ਚੱਲਦਾ, ਦਿਨ 'ਚ 2 ਵਾਰ ਇੱਕੋ ਹੀ ਅਰਦਾਸ ਕਰਦੇ ਹਾਂ, ਜ਼ਿਆਦਾ ਵਧੀਆ ਨਾ ਚੱਲੇ, ਐਵੇਂ ਹਿੱਸਾ ਪਾ ਲੈਣਗੇ ਜੀ ਵਿੱਚ ਫਿਰ। ਕਹਿੰਦਾ ਟਰੱਕ ਜੇ ਤਾਂ ਪਰਾਂ ਹੀ ਖੜਾ ਦਿੰਦੇ, ਵੀ ਸਾਡੇ ਨਹੀਂ ਖੜੇ, ਤਾਂ ਉਹਨਾਂ ਦੇ ਖੜੇ ਨੇ ਜੀ। ਅਸੀਂ ਗਿਣਨ ਲੱਗ ਗਏ ਸੀ ਕਿੰਨੀਆਂ ਗੱਡੀਆਂ ਖੜੀਆਂ, ਕਿੰਨੇ ਟਰੱਕ ਖੜੇ ਨੇ, ਲਿਆ ਪਾਓ ਹਿੱਸਾ 'ਚ। ਦੱਸੋ ਕੋਈ ਗੱਲ ਹੈ, ਤੁਸੀਂ ਇੰਡਸਟਰੀਲਿਸਟ ਨੂੰ ਪ੍ਰੋਫਿਟ ਦੇ ਵਿੱਚੋਂ 25%, ਕੀ ਗੱਲ? ਤੁਸੀਂ ਲੀਡਰ ਬਣ ਗਏ, ਤੁਹਾਡੇ ਹੱਥ 'ਚ ਪੈੱਨ ਆ ਗਿਆ, ਤੁਸੀਂ ਇੰਨਾ ਜ਼ਿਆਦਾ ਐਕਸਪਲੋਇਟ ਕਰੋਗੇ ਫਿਰ, ਸਾਰਾ ਕੁਛ ਅਸੀਂ ਬੰਦ ਕਰ ਦਿੱਤਾ।